ਟਕਸਾਲ ਦੇ ਕਿੰਨੇ ਸਿੰਘ ਗੌਰਮੈਂਟ ਨੇ ਸ਼ਹੀਦ ਕਰ ਦਿੱਤੇ ਟਕਸਾਲ ਅਤੇ ਅੱਖ 'ਚ ਰੜਕਦੇ ਸੀ ਕਿ ਖਤਮ ਕਰ ਦਿੱਤੀ ਹੈ ਜਥੇਬੰਦੀ ਰਹੇ ਨਾ ਇੱਥੋਂ ਪੜ੍ਹ ਕੇ ਸਿੰਘ ਅਤੇ ਕਈ ਫਿਰ ਖੜਕੂ ਬਣਦੇ ਆ ਬੜੇ ਖੜਕੂ ਸਿੰਘ ਟਕਸਾਲ ਦੇ ਵਿੱਚ ਜਿਵੇਂ ਗਾਲੋਵਾਲ ਪਿੰਡ ਦਾ ਭਾਈ ਸੁਰਿੰਦਰ ਸਿੰਘ ਛਿੰਦਾ ਉਹ ਗੁਰਮੁਖ ਵਗੈਰਾ ਬੜੇ ਵੱਡੇ ਵੱਡੇ ਕੰਮ ਕੀਤੇ ਪਰ ਆਪਣਾ ਨਾਮ ਅਖਬਾਰਾਂ 'ਚ ਨਹੀਂ ਆਉਣ ਦਿੰਦਾ ਜਦੋਂ ਉਹਨੂੰ ਸ਼ਹੀਦ ਕੀਤਾ SSB ਖਟੜੇ ਨੇ ਇਹ ਗੱਲ ਕਹੀ ਕਿ ਸਾਡੇ ਕੋਲ ਭਾਈ ਤਾਰੂ ਸਿੰਘ ਵਰਗਾ ਭਾਈ ਮਨੀ ਸਿੰਘ ਵਰਗਾ ਸਿੰਘ ਸ਼ਹੀਦ ਹੋਇਆ ਇਹ ਪੁਲਿਸ ਵਾਲਿਆਂ ਨੂੰ ਨਹੀਂ ਹੈਗਾ ਏਡਾ ਗੁਰਮੁਖ ਉਹਦਾ ਮੈਂ ਗਾਲ ਵੀ ਨਹੀਂ ਤੈਨੂੰ ਕੱਢਣੀ ਤੇਰੇ ਮੁੱਖ ਤੋਂ ਵੀ ਕੁਝ ਨਹੀਂ ਕਢਾ ਸਕਦੇ ਸਿਰਫ ਬਾਣੀ ਅਤੇ ਵਾਹਿਗੁਰੂ ਦਾ ਨਾਮ ਹੀ ਆਊਗਾ ਐਸਾ ਸਿੰਘ ਸੀ ਉਹ ਏਡਾ ਤਸ਼ੱਦਦ ਉੱਤੇ ਹੋਇਆ ਕੁਛ ਬਕਾ ਨਹੀਂ ਸਕੇ ਉਹ ਸੰਤ ਕਰਤਾਰ ਸਿੰਘ ਨੇ ਜਦੋਂ ਇਹ ਅਸਥਾਨ ਬਣਾਇਆ ਉਦੋਂ ਜਿਹੜੀ ਚਾਰ ਦੁਆਰੀ ਹੋਈ ਆ ਸੰਤਾਂ ਨੇ ਗਤਕੇ ਵਾਲੀ ਸੋਟੀ ਨਾਲ ਇਉਂ ਲੀਹ ਖਿੱਚੀ ਦੁਆਲੇ ਅਤੇ ਮਹਾਂਪੁਰਸ਼ ਕਹਿੰਦੇ ਦੁਨੀਆਂ 'ਤੇ ਜੋ ਮਰਜ਼ੀ ਹੁੰਦਾ ਰਹੇ ਇਹ ਚਾਰ ਦੁਆਰੇ ਦੇ ਅੰਦਰ ਨਹੀਂ ਕੁਛ ਹੋਣਾ ਇਸ ਤਰ੍ਹਾਂ ਹੈ ਇੱਕ ਵਾਰੀ ਬੜੇ ਤਕੜੇ ਖੜਕੂ ਸਿੰਘ ਅੰਦਰ ਸੀ ਪੰਜ ਛੇ ਉਹਨਾਂ 'ਚ ਕੁਲਦੀਪ ਸਿੰਘ ਫੌਜੀ ਬੱਬਰ ਵੀ ਸੀਗਾ ਅਤੇ ਘੇਰਾ ਪਿਆ ਅੰਦਰੋਂ ਪੁਲਿਸ ਵਾਲੇ ਦੇਖ ਚੁੱਕੇ ਸੀ ਇੱਥੋਂ ਤੱਕ ਵੀ ਇੱਕ ਗੋਲੀ ਵੀ ਚੱਲ ਗਈ ਸੀ